ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਦੇ YouTube ਚੈਨਲ ਟਰੈਕਟਰ ਸਿਲ ਮਹਿਕਵੇਂ ਉੱਤੇ ਜਿਹੜਾ ਇਹ ਵੀ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸੈ ਨੂੰ ਹਾਲ ਤੇ ਕਰਦੇ ਹੋ ਸੱਟ ਤਾਂ ਕਿ ਨਵੇਂ ਵੀਡੀਓ ਸਤਿਮਾ ਚੈਨਲ ਤੇ ਮਿਲਦੀ ਰਹਣ ਤੇ ਅੱਜ ਆਪਾਂ ਸੇਲ ਵਾਸਤੇ ਕਾਫੀ ਟਰੈਕਟਰ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਛਡਾ ਹੈਲਪਲਾਈਨ ਨੰਬਰ ਕਰੋ ਨੋਟ ਇਸ ਤੇ ਪੰਜ ਤੋਂ ਛੇ ਫੋਟੋਆਂ ਭੇਜ ਕੇ ਰਿਨਫਰਮੇਸ਼ਨ ਭੇਜ ਕੇ ਕਿਸੇ ਵੀ ਸੰਦੀ ਐਡ ਮੁਫਤ ਵੀ ਚੈਨਲ ਤੇ ਲਵਾ ਸਕਦੇ ਹਾਂ ਤੇ ਅੱਜ ਆਪਾਂ ਪਹਿਲ ਨੰਬਰ ਤੇ ਗੱਲ ਕਰਦੇ ਆ ਅਰਜਨ 605 DI ਦੀ ਜਿਸ ਦਾ ਜੋ ਮਾਡਲ ਹੈ 2015 ਮੋਹਲਾ ਟਰੈਕਟਰ ਦਾ ਜੇ ਆਪ ਇਹਦੇ ਟੈਂਡੀਆਂ ਕਰੀਏ ਸੀ ਬੇਸ਼ੈ ਇਹਦੇ ਟਾਇਰ ਪੈਣੇ ਕੁੱਲ 1100 ਘੰਟੇ ਟਰੈਕਟਰ ਚੱਲਿਆ ਹੋਇਆ ਹੈਵੀ ਬੰਪਰ ਨਾਲ ਟਰੈਕਟਰ ਦੀ ਬਾਡੀ ਚਾਸ ਦਰਾ ਮਗਰਾਟਾ ਰੰਗ ਸਾਰਾ ਨਾਲ ਦਾ ਹੈ ਕਿਤੇ ਵੀ ਦਵਾਰ ਰੰਗ ਪੈਣ ਨਹੀਂ ਹੋਇਆ ਹੋਇਆ ਪੰਜਾਬ 90 ਟਰੈਕਟਰ ਹੈ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫਰ ਲੋਕੇ ਹੈ ਕੋਈ ਕਮੀ ਬੇਚ ਨਹੀਂ ਕੋਈ ਪਾਟਾ ਚੈਨੀ ਨਹੀਂ ਕੋਈ ਰਿਪੇਅਰ ਨਹੀਂ ਪਹਾਲਦਾ ਫੁੱਲ ਟੌਪ ਪਲੱਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹ ਬਣ ਹੋਵੇ ਬਾਕੇ ਜਲਾ ਕੇ ਟ੍ਰੈਡ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਤੇ ਹੋਰ ਕੋਈ ਵੀ ਜਾਣ ਕੇ ਲੈ ਸਕਦੇ ਮਾਲਕ ਵੀਰ ਹੁਣੇ ਤੋਂ ਤੀਜੇ ਆਪੇ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ ਜੋ ਕਿ 5,25,000 ਰੁਪਇਆ ਮੌਕੇ ਦੇ ਥੋੜਾ ਬੋਦੀਲੈਸ ਹੋ ਵੀਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇਉ ਤੇ ਮਾਲਕ ਵੀਰ ਹੁਣੇ ਤੋਂ ਕੋਈ ਵੀ ਜਾਣ ਕੇ ਲੈ ਸਾਂ ਟਰੈਕਟਰ ਬਾਰੇ ਤੇਰੀ ਹੈਗੇ ਮਾਲਕ ਵੀਰ ਹੁਣਿਆਂ ਦਾ ਮੋਗਾ ਤੇ ਅੱਗੇ ਆਪਾਂ ਕਰਦੇ ਆਂ ਫਾਰਮਾ ਡ੍ਰੈਕ 68 ਦੀ ਜਿਸ ਤਰ੍ਹਾਂ ਜੋ ਮਾਡਲ ਹੈ 2005 ਮੋਡਲਾ ਟਰੈਕਟਰ ਦਾ ਜੇ ਆਪ ਇਹਦੇ ਟਾਈਂ ਦੀਆ ਕਰੀਏ ਬਿਲਕੁਲ ਨਿਊ ਟਾਇਰ ਦੇ ਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਤੇ ਬਾਡੀ ਚਾਸਿਸ ਦੇ ਨਾਲ ਮਗਰਾਟਾ ਰੰਗਸ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਪੇਣ ਨਹੀਂ ਹੋਇਆ ਹੋਇਆ ਤਿੰਨ ਜੰਗੀਰ ਲਿਫਟ ਪੰਪ ਦਾ ਟਰੈਕਟਰ ਫਲੋਕੇ ਆ ਕੋਈ ਕਮੀ ਪੇਸ਼ ਨਹੀਂ ਕੋਈ ਪਾਰਟਸ ਨਹੀਂ ਹੈ ਕੋਈ ਰੁਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਐਚ 4 ਨੰਬਰ ਦਾ ਟਰੈਕਟਰ ਤੇ ਜਿਹੜਾ ਵੀਪਰਾ ਟਰੈਕਟਰ ਲੈਣ ਲਈ ਚਾਹ ਬਣ ਹੋਵੇ ਬਾ ਕੀ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਸੀ ਸਾਦੇ ਹੋ ਤੇ ਡਬਲ ਕਲਚ ਆਇਆ ਤੇ ਜੇ ਆਪੇ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ ਜੋ ਕਿ 255000 ਰੁਪਿਆ ਮੌਕੇ ਤੇ ਥੋੜਾ ਬੌਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇ ਦੇ ਮਾਲਕੀਰ ਹੁਣੀ ਤੌਰ ਕੋਈ ਵੀ ਜਾਣਕਾਰੀ ਲੈ ਸਕਾਂ ਟਰੈਕਟਰ ਬਾਰੇ ਤੇ ਇਹ ਵੀ ਕਨਫਰਮ ਕਰ ਸਕਦੇ ਹਾਂ ਤੇ ਅੱਗੇ ਆਪਾਂ ਕਰਦੇ ਹਾਂ ਮਹਿੰਦਰਾ 275 DI ਦੀ ਜਿਸ ਤਜੋ ਮਾਡਲ ਹੈ 1997 ਮੋਹਲਾ ਟਰੈਕਟਰ ਦਾ ਜੇ ਆਪ ਇਹਦੇ ਟੈਂਡੀਆਂ ਕਰੀਏ 35 40 ਕੇ ਪੈਸੇ ਇਹਦੇ ਟਾਇਰ ਪੈਣ ਨੇ ਤੇ ਬਾਡੀ ਚਾਸ਼ਦਰਾ ਮਗਰਾਟਾਂ ਰੰਗਸਾ ਨਾਲ ਦਾ ਕਿਤੇ ਵੀ ਦਵਾਰਾ ਰੰਗ ਪੇਣ ਨਹੀਂ ਹੋਇਆ ਹੋਇਆ ਤੇ ਹੈਵੀ ਬੰਪਰ ਹੁੱਡ ਨਾਲ ਆ ਟਰੈਕਟਰ ਦੇ ਪੰਜਾਬ ਨੰਬਰ ਟਰੈਕਟਰ ਹੈ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੋ ਲੋਕੇ ਆ ਕੋਈ ਕਮੀ ਪੇਸ਼ ਨਹੀਂ ਕੋਈ ਪਾਰਟ ਚੇਨ ਨਹੀਂ ਕੋਈ ਰਪਿਆ ਨਹੀਂ ਪਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਤੇ ਜੇ ਆਪੇ ਦੀ ਮੰਗ ਦੀਆ ਕਰੀਏ ਮਾਲਕਵੀਰ ਹੁਣੀਆਂ ਵੱਲੋਂ ਇਸ ਦੀ ਮੰਗ ਰੱਖੀ ਗਈ ਹੈ ਜੋ ਕਿ 135000 ਰੁਪਇਆ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਦਿਖਾਉ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਡੈਟਰ ਰਖੀ ਸਾਦੇ ਹੋ ਤੇ ਮਾਲਕਵੀਰ ਹੁਣ ਜ਼ੋਰ ਕੋਈ ਵੀ ਜਾਣ ਕੇ ਲੈਸ ਹਨ ਡੈਟਰ ਬਾਰੇ ਤੇ ਬਠਿੰਡਾ ਏਰੀਆ ਮਾਲਕਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਕਰਦੇ ਹਾਂ ਸਵਰਾਜ 855 ਐਫੀ ਦੀ ਜਿਸ ਤਇਓ ਮਾਡਲ ਹੈ 2014 ਮਾਡਲ ਡੈਟਰ ਦਾ ਜੇ ਆਪੇ ਦੇ ਟਾਇਰ ਦੀਆ ਕਰੀ ਅਗਲੇ ਟ੍ਰੈਕਟਰ ਦੇ 70 ਪੈਸੇ ਨਾਲ ਦੇ ਟਾਇਰ ਨੇ ਤੇ ਮਗਲੇ ਟ੍ਰੈਕਟਰ ਦੇ ਦੁਆਰਾ ਲੱਗੇ ਹੋਏ ਨੇ 90 ਪੈਸੇ ਦੇ ਟਾਇਰ ਪਏ ਨੇ ਤੇ ਬਾਡੀ ਚਸ ਤੇਰਾ ਮਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਦੁਆਰਾ ਰੰਗ ਪੈਣ ਨਹੀਂ ਹੋਇਆ ਹੋਇਆ ਤੇ ਇੰਜਨ ਗੀਰ ਲਿਫਟ ਪੰਪ ਦਾ ਟ੍ਰੈਕਟਰ ਫਲੋਕੇ ਆ ਕੋਈ ਕੰਪੀਸ਼ਨ ਕੋਈ ਪਾਰਟ ਨਹੀਂ ਹੈ ਕੋਈ ਰਿਪੇਅਰ ਨਹੀਂ ਪਾਲਦਾ ਫੁੱਲ ਟੌਗਲਸ ਕੰਡੀਸ਼ਨ ਦੇ ਵਿੱਚ ਰੈਡ ਰੁਪਿਆ ਹੈ ਕੁੱਲ 1800 ਘੰਟੇ ਟ੍ਰੈਕਟਰ ਚੱਲਿਆ ਹੋਇਆ ਪੰਜਾਬ ਨੰਬਰ ਹੈ ਟ੍ਰੈਕਟਰ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾ ਦੇऊं ਤੇ ਜੇ ਆਪੇ ਡਿਮਾਂਡ ਦੀ ਆ ਕਰੀਏ ਮਾਲਕ ਵੀਰ ਹੁਈਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਆ ਜੋ ਕਿ 5 ਲੱਖ 5000 ਰੁਪਏ ਮੌਕੇ ਦੇ ਥੋੜਾ ਬਾਤੀਲੈਸ ਹੋ ਜਾਏਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉਤੇ ਦਿਸੂ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇ ਤੇ ਮਾਲਕ ਵੀਰ ਹੁਣੇ ਤੁਰ ਕੋਈ ਵੀ ਜਾਣ ਕੇ ਲੈਸ ਟਰੈਕਟਰ ਬਾਰੇ ਤੇਰੀਆ ਵੀ ਕਨਫਰਮ ਕਰ ਸਕਦੇ ਹਾਂ ਤੇ ਅੱਗੇ ਆਪਾਂ ਕਰਦੇ ਹਾਂ ਸੋਨਾਲੀ ਕਾ ਸਕੰਦਰ 750 RXDI ਦੀ ਜਿਸਦਾ ਜੋ ਮਾਡਲ ਹੈ 2017 ਮਾਡਲ ਦਾ ਟਰੈਕਟਰ ਦਾ ਜੇ ਆਪ ਇਹਦੇ ਟੈਂਦੀਆ ਕਰੀਏ ਵਧੀਆ ਕੰਡੀਸ਼ਨ ਦੇ ਵਿੱਚ ਰਿਆ ਦੇ ਟਾਇਰ ਪੈਣੇ ਤੇ ਬਾਡੀ ਚਸ਼ਦਰਾ ਮਗਰਾਟਾ ਰੰਗਸ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਪੈਣ ਨਹੀਂ ਹੋਇਆ ਹੋਇਆ ਤੇ ਇੰਜਨ ਗੀਰ ਲਿਫਟ ਪੰਪ ਦਾ ਟਰੈਕਟਰ ਫਲੋਕਿਆ ਕੋਈ ਕਮੀ ਪੇਸੀ ਨਹੀਂ ਕੋਈ ਪਾਟਾ ਛੇ ਨਹੀਂ ਗੁਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਰਿਆ ਟਰੈਕਟਰ ਪਿਆ ਹੈ ਡੰਡਾ ਡਰਾਵਲ ਨਾਲ ਟਰੈਕਟਰ ਦੇ ਪਾਵਰ ਸਟੇਂਗ ਦਾ ਟਰੈਕਟਰ ਤੇ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾਦੇ ਹੋ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਰਡ ਰੱਖੀ ਗਈ ਆ ਜੋ ਕਿ 5,25,000 ਰੁਪਏ ਮੌਕੇ ਤੇ ਥੋੜਾ ਬਤੀਲੇਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਦਿਖਾਉ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੂਸਰੇ ਟਰੈਕਟਰ ਖੀਸਾਦੇ ਤੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਣ ਟਰੈਕਟਰ ਬਾਰੇ ਤੇ ਇਹ ਵੀ ਕਨਫਰਮ ਕਰ ਸਕਦੀ ਹਾਂ ਤੇ ਅਗਿਆਪਲ ਕਰਦੇ ਆ ਸਵਰਾਜ 735 ਹੈ ਫੀ ਦੀ ਜਿਸ ਤयो ਮਾਡਲ ਹੈ 1997 ਮੋਹਲਾ ਟਰੈਕਟਰ ਦਾ ਜੇ ਆਪ ਇਹਦੇ ਟੈਂ ਦੀਆ ਕਰੀਏ ਅਗਲੇ ਟੈ ਟਰੈਕਟਰ ਦੇ 95 ਪੈਸੇ ਤੇ ਮਗਲੇ ਟੈ ਟਰੈਕਟਰ ਦੇ 75 ਪੈਸੇ ਪਾਣ ਨੇ ਨਿਊ ਬੈਟਰੀ ਆ ਟਰੈਕਟਰ ਦੀ ਤੇ ਬਾਡੀ ਚਾਸਿਸ ਤੇਰਾ ਮਗਰਾਟਾ ਰੰਗ ਸਾਂ ਨਾਲ ਦਾ ਕਿਤੇ ਵੀ ਦੁਆਰਾ ਰੰਗ ਪੇਣ ਨਹੀਂ ਹੋਇਆ ਹੋਇਆ ਤੇ ਇੰਜਣ ਗੇਅਰ ਲੈਫਟ ਪੰਪ ਦਾ ਟਰੈਕਟਰ ਫਲੋਕੇ ਆ ਕੋਈ ਕਮੀ ਪੇਛ ਨਹੀਂ ਕੋਈ ਪਾਰਟ ਨਹੀਂ ਕੋਈ ਰਿਪੇਅਰ ਨਹੀਂ ਪਾਲ ਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਰੈਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਲੈਟਰ ਖੀਸਾਦੇ ਹੂੰ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਆ ਜੋ ਕਿ 130000 ਰੁਪਇਆ ਮੌਕੇ ਦੇ ਥੋੜਾ ਬੌਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇਉ ਤੇ ਮਾਲਕ ਵੀਰ ਹੁਣੇ ਤੁਰ ਕੇ ਵੀ ਜਾਣ ਕੇ ਲੈਸਾਂ ਟਰੈਕਟਰ ਬਾਰੇ ਤੇ ਬਠਿੰਡਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਕਰਦੇ ਆਂ ਜੌਡੀਅਰ 5310 ਦੀ ਜੇਸਤਾ ਜੋ ਮਾਡਲ ਹੈ 2009 ਮਾਡਲ ਦਾ ਟਰੈਕਟਰ ਦਾ ਜੇ ਆਪਦੇ ਟਾਇਰ ਦੀਆ ਕਰੀਏ 60 65 ਪੈਸੇ ਦੇ ਟਾਇਰ ਪੈਣੇ ਤੇ ਹੈਵੀ ਬੰਪਰ ਨਾਲ ਹੈ ਫਾਈਬਰ ਹੁੱਡ ਮੇਨ ਸਿਸਟਮ ਬਾਰੇ ਮਾਲਕ ਵੀਰ ਹੁਣੇ ਤੋਂ ਕੰਫਰਮ ਕਰ ਸਕਦੇ ਤੇ ਮਗਰ ਲਈ ਵੇਟਸ ਬਾਰੇ ਰਾਡ ਰਾਵਲ ਨਾਲ ਟਰੈਕਟਰ ਦੇ ਬਡੀ ਚਸਦਰਾ ਮਗਰਾਟਾਂ ਅੰਗਸਰ ਨਾਲ ਦਾ ਹੈ ਕਿਤੇ ਵੀ ਦੁਆਰਾ ਰੰਗ ਪੈਣ ਨਹੀਂ ਹੋਇਆ ਹੋਇਆ ਅਗਲੇ ਟਾਈਮ ਦੇ ਮਗਰਾਟ ਲੱਗੇ ਨੇ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੋਕੇ ਹੈ ਕੋਈ ਕਮੀ ਬੇਸ਼ ਨਹੀਂ ਕੋਈ ਪਾਰਟਸ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਭਾਲ ਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਰੈਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟੈਹ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਤੇ ਜੇ ਆਪਾਂ ਇਹ ਡਿਮਾਂਡ ਦੀਆ ਕਰੀਏ ਮਾਰਕ ਵੀਰ ਹੁਣੀਆਂ ਵੱਲੋਂ ਇਸ ਦੀ ਰਮਾਰਡ ਰੱਖੀ ਗਈ ਆ ਜੋ ਕਿ 455000 ਰੁਪਏ ਮੌਕੇ ਤੇ ਥੋੜਾ ਵੀ ਘਟ ਨਹੀਂ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉਤੇ ਸ਼ੋ ਹੋ ਰਿਹਾ ਇਸ ਤੇ ਕਾਲ ਕਰਕੇ ਦੂਸਰੇ ਟਰੈਕਟਰ ਖੀਸਾ ਦਿਓ ਤੇ ਮਾਲਕ ਵੀ ਹਿੰਦੂ ਹੋ ਕੇ ਵੀ ਜਾਣ ਕੇ ਲੈਸਾਂ ਟਰੈਕਟਰ ਬਾਰੇ ਤੇ ਏਰੀਆ ਵੀ ਕਨਫਰਮ ਕਰਾ ਸਾ ਦਿਓ ਤੇ ਬਾਬਾ ਕਰਦੇ ਆ ਧੰਨਵਾਦ ਜਿਹੜੇ ਬੁਰੀ ਵੀਡੀਓ ਦੇਖਣ ਲਈ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਹਾਲ ਤੇ ਕਰ ਦਿਓ ਸੈੱਟ ਤਾਂ ਕਿ ਨੰਤਰੇ ਵੀਡੀਓਸ ਨੂੰ ਸਤਿਵਾਂ ਚੈਨਲ ਤੇ ਮਿਲਦੀ ਰਹਿਣ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ